तरन तारण के थाना सदर पट्टी अधीन पेंदे पिंड तूत विखे धुंद का फायदा चुकते हुए चोरों ने सत्तां दुकानों निशाना बनाया। दुकानों के ताले और शटर तोड़ के चोरी की वारदात को अंजाम दिता गया। इस संबंधी जानकारी देंदे हुए दुकानदारों ने दसिया कि वह हर रोज़ की तरह रात को अपन दुकाना बंद करके घर चले गए सन। उन्होंने सवेरे फोन से जानकारी मिली कि तुहाड़ियां दुकानों के जिंदरे और शटर टुटे हुए हैं, जिन्हों विचों चोरों ने चोरी की हुई है। उन्होंने दसिया कि जब असी जाके देखिया तो साढ़े दुकानों के शटर और ताले टुटे हुए सन और चोरों ने बड़े ही अरमान के नाल दुकानों के गले विचों चोरी की हुई सी। जेकर गल की जाए पुलिस प्रशासन की तो दुकानदारों ने कहा कि अगे भी पिंड कोट वुड्डा विखे चोरिया हुई सन और हुण तूतां विखे चोरिया हुई ने, पर पुलिस प्रशासन इसते कोई भी कार्रवाई नहीं कर रहा, जिस करके उन्होंने मनों के पुलिस प्रशासन के खिलाफ काफ़ी ज़्यादा रोस है। तरन तारण तो जगजीत सिंह डल की रिपोर्ट, पंजाब हरियाणा लाइव न्यूज़। की नाम दुकान का जी? दुर्गा ग्लास हाउस। की गल है? हाँ जी, की गल है सर? सर तड़के हो गई जी चोरी। की चोरी होया जी? चोरी होया जी एक 3000 रुपया गले जी, ते एक कोई तांबा कोई पित्तल ही। किन्ने का है वो? कोई हो 4-5 हजार का। अच्छा, हाँ जी। ते तो चौकी किन्नी दूर है इथों? चौकी दा सामने चौकी जी, दुकाना सामने। हाँ जी। कोई इस संबंधी आई पुलिस वालों कार्रवाई की थी कोई? हाँ जी, सवेरे आए ही। कार्रवाई हुई कोई? कोई कार्रवाई नहीं है जी। किन्नियां दुकानां टोटल टुट गईयां इत्थे? 7 दुकानां टुटियां है राती। एक दारी ते सारियां चौकी दे सामने ने? हाँ जी। कितना हुई चोरी तेरी दुकान? चोरी हुई कि जिंदरे तोड़ते रहे पहला, मुड़ के सब्बल पा के तां चुकी है शटर। की मांग करदे? मांग इहो ही आ भी बहुत ज्यादा चोरियां, पिछे भी लागे गवांढ रेडीमेड की दुकान ही, कोई वाहवा नुकसान है पिछे, तो ओहदी भी कोई कार्रवाई नहीं हुई, कोई सुनवाई नहीं हुई। तुसीं की मांग करदे? मांग इहो ही भी कोई ये चोर लभने चाहीदे। हां जी, रविंद्रजीत सिंह जी। ਚੋਰੀ ਹੋਈ ਹੈ ਇਹ ਰਾਤ ਦੀ ਵਾਰਦਾਤ ਜੀ ਪਤਾ ਨਹੀਂ ਪੰਜ ਛੇ ਸੱਤ ਜਣੇ ਕਿੰਨੇ ਜਣੇ ਆਏ ਆ ਤੇ ਰਾਤ 12 ਵਜੇ ਤੋਂ ਲੈ ਕੇ ਤੜਕੇ ਦੇ 5 ਵਜੇ ਤੱਕ ਬੇਧੜਕ ਲੱਗੇ ਰਹੇ ਦੁਕਾਨਾਂ 7 ਭੰਨੀਆਂ ਜੀ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਮੇਰਾ 4-5 ਹਜ਼ਾਰ
ਸ਼ਟਰ ਪਾੜਿਆ ਜੀ ਪੂਰਾ ਵਿੱਚੋਂ। ਕਿੰਨੇ ਕੁ ਵਜੇ ਜਿਹੜੀ ਚੋਰੀ ਹੋਈ ਹੈ? ਸਾਨੂੰ ਤੜਕੇ ਪਤਾ ਲੱਗਾ ਜੀ 4 ਵਜੇ, ਮਤਲਬ ਓਹੀ ਗੁਆਂਢੀਆਂ ਨੇ ਫੋਨ ਕੀਤਾ ਵੀ ਸ਼ਟਰ ਤੁਹਾਡਾ ਭੱਜਾ ਪਿਆ। ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਨੁਕਸਾਨ ਗੱਲੇ ਚੋਂ ਪੈਸੇ ਕੱਢੇ ਗਏ ਜੀ। ਕਿੰਨੇ ਪੈਸੇ ਜੀ? ਹੈਗਾ ਕੋਈ 2-2 ਹਜ਼ਾਰ ਰੁਪਇਆ ਤੇ ਮਤਲਬ ਕੰਬਲ ਇੱਕ ਲਗਾ, ਇੱਕ 2 ਸੂਟ ਖੜੇ ਹੋਣਗੇ। ਤੇ ਇਹ ਬਿਲਕੁਲ ਚੌਂਕੀ ਦੇ ਸਾਹਮਣੇ ਹੈ ਜਿਹੜੀ? ਬਿਲਕੁਲ ਚੌਂਕੀ ਦੇ ਸਾਹਮਣੇ ਜੀ। ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਅਜੇ ਤੱਕ ਕਾਰਵਾਈ ਕੀਤੀ ਗਈ ਨਹੀਂ? ਉਹ ਜੀ ਤੜਕੇ ਆਏ ਸੀ, ਮਤਲਬ ਵੇਖ ਕੇ ਮੌਕਾ ਤੇ ਵੇਖ ਕੇ ਚਲੇ ਗਏ, ਇੱਕ ਕੁੱਤਾ ਲਿਆਏ ਕੁੱਤੇ ਨੂੰ ਵੇਖ ਕੇ। ਹੁਣ ਤੁਸੀਂ ਕੀ ਮੰਗ ਕਰਦੇ? ਅਸੀਂ ਮੰਗ ਕਰਦੇ ਹਾਂ ਜੀ, ਮਤਲਬ ਕਿ ਦੁਕਾਨ ਦੇ ਚੋਰ ਦੇ ਗਾਹਕ ਲੱਭਣੇ ਚਾਹੀਦੇ, ਜਿਹੜੇ ਚੋਰੀ ਕਰਨਾ ਹੋਵੇ ਬੰਦੇ ਜ਼ਰੂਰ ਲੱਭਣੇ ਚਾਹੀਦੇ। ਅੱਗੇ ਵੀ ਇਸ ਤੋਂ ਇਲਾਵਾ ਕੋਈ ਚੋਰੀਆਂ ਹੋਈਆਂ? ਅੱਗੇ ਵੀ ਬਥੇਰੀਆਂ ਚੋਰੀਆਂ ਹੋਈਆਂ। ਸੁਦੇਵ ਸਿੰਘ ਜੀ, ਕੀ ਚੋਰਿਆ ਹੈ ਤੁਹਾਡਾ? ਚੋਰੀ ਭਾਜੀ ਗੱਲੇ ਦੇ ਵਿੱਚ ਹੀ ਕੋਈ 700-800 ਰੁਪਇਆ ਪਰਚੀਆਂ ਦਾ ਸੀ। ਇੱਕ ਬਾਬਾ ਜੀ ਦੀ ਗੋਲ ਘਾ ਕੇ ਰੱਖੀ ਦੇ ਥੋੜੇ ਥੋੜੇ ਕਰਕੇ ਉਹ ਗੱਲਾਂ ਭੰਨਿਆ, ਉਹਦੇ 600-700 ਚੋ ਮੈਕਸੀਮਮ ਕੋਈ, ਤੇ ਬਾਕੀ ਇਹ ਰਾਤ ਦਾ ਹੀ ਕੰਮ ਹੈ ਜੀ। 7 ਦੁਕਾਨਾਂ ਭੱਜੀਆਂ ਨੇ ਟੋਟਲ, ਤੇ 8ਵੀਂ ਨੂੰ ਹੱਥ ਪਾਇਆ ਜੀ, ਤੇ 8ਵੀਂ ਚੋ ਬੰਦੇ ਬੁੰਦੇ ਭੱਜ ਗਏ, ਉਹ ਖੜੇ ਨਹੀਂ ਗਏ ਜੀ। ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਅਜੇ ਤੱਕ ਕਾਰਵਾਈ ਕੀਤੀ ਗਈ? ਪੁਲਿਸ ਪ੍ਰਸ਼ਾਸਨ ਨੂੰ ਭਾਈ ਤੁਹਾਡੇ ਸਾਹਮਣੇ, ਪੁਲਿਸ ਪ੍ਰਸ਼ਾਸਨ ਨੇ ਅਜੇ ਤੱਕ ਤੇ ਕੁਛ ਨਹੀਂ ਜੇ ਕੀਤਾ, ਡੋਗ ਵਗੈਰਾ ਵੀ ਲਿਆਂਦੇ ਆ ਉਹ ਵੀ ਫਿਰ ਤੁਰ ਕੇ ਚਲੇ ਗਏ, ਤੇ ਕੋਈ ਕਾਰਵਾਈ ਨਹੀਂ ਜੇ ਪਈ ਹੈਗੀ। ਤੁਸੀਂ ਕੀ ਮੰਗ ਕਰਦੇ? ਮੰਗ ਭਾਜੀ ਦਾ ਇਹੋ ਹੀ ਆ ਵੀ ਸਾਡਾ ਨੁਕਸਾਨ ਤੇ ਪੂਰਾ ਕਿਸੇ ਨੇ ਕੀ ਕਰਨਾ ਹੁਣ, ਤੇ ਗਾਂਹ ਵਾਸਤੇ ਚਲੋ ਇਹੋ ਜਿਹਾ ਕੰਮ ਰੋਕਥਾਮ ਲਈ ਧਿਆਨ ਰੱਖਣ ਕਿ ਸਾਡਾ ਰੱਖਿਆ ਕੀਤੀ ਜਾਵੇ। ਕਿਸ ਚੀਜ਼ ਦੀ ਦੁਕਾਨ ਆਪਣੀ ਤੇ ਕੀ ਚੋਰੀ ਹੋਈ ਹੈ? ਵੀਰ ਜੀ ਮੋਬਾਈਲ ਆਪਣੇ ਚੋਰੀ ਹੋਏ। ਕਿੰਨੇ ਮੋਬਾਈਲ ਚੋਰੀ? 7 ਫੋਨ। ਇਸ ਤੋਂ ਪਹਿਲਾਂ ਵੀ ਤੁਹਾਡੀ ਸੁਣਿਆ ਦਾ ਵੀ ਚੋਰੀ ਚੋਰੀ ਹੈ? ਹਾਂਜੀ ਹਾਂਜੀ, ਮੇਰੇ ਆ 3 ਵਾਰਾਂ ਹੋ ਗਿਆ, ਚਾਂਸ ਚੱਲ ਗਿਆ। ਪੁਲਿਸ ਨੇ ਕੋਈ ਅਜੇ ਤੱਕ ਕਾਰਵਾਈ ਨਹੀਂ ਕੀਤੀ? ਪੁਲਿਸ ਵਾਲੇ ਆਉਂਦੇ ਆ ਜੀ, ਬਸ ਲਿਖ ਕੇ ਲੈ ਜਾਂਦੇ, ਚਲੋ ਜੀ ਕਾਰਵਾਈ। ਜੋ ਹੁਣ ਤੁਹਾਡਾ ਕਿੰਨਾ ਨੁਕਸਾਨ ਹੋਇਆ? ਹੁਣ 6-7 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਹੁਣ ਕੀ ਮੰਗ ਕਰਦੇ ਪ੍ਰਸ਼ਾਸਨ? ਵੀਰ ਜੀ ਅਸੀਂ ਚਾਹੁੰਦੇ ਵੀ ਸਾਡੇ ਚੋਰ ਲੱਭੇ ਜਾਣ, ਜਿਹੜੇ ਚੋਰ ਆ। ਕੀ ਨਾਂ ਜੀ ਆਪਣਾ? ਵੀਰੇ ਜੀ ਕੀ ਚੋਰੀ ਹੋਇਆ ਤੁਹਾਡਾ? ਚੋਰੀ ਤੇ ਕੁਛ ਨਹੀਂ ਹੋਇਆ। ਕੀ ਨਾਂ ਜੀ ਆਪਣਾ? ਵੀਰੇ ਜੀ ਕੀ ਨੁਕਸਾਨ ਹੋਇਆ ਤੁਹਾਡਾ? ਹੋਇਆ ਤਾਂ ਕੁਛ ਨਹੀਂ, ਬੂਹਾ ਭੰਨਣ ਲਏ ਨੇ ਉਦੋਂ ਆ ਗਏ। ਕਿੰਨੇ ਵਜੇ ਤੁਸੀਂ ਆਏ ਜਦੋਂ? 4 ਵਜੇ।
चार बजे चोर इसके बुआ भंडे तुम मौके ते आ गए। हाँ जी। ते हुण तुसी की मांग करदे जिहड़े चोरां ने सत्त अठ जिहड़ियां वारदातां करतीयां इत्थे? होना चाहिए हल। प्रशासन ने कोई अज तक कारवाई नहीं की? कुछ नहीं किया जी। हां जी सर, की नाम जी अपना? एएसआई कुलविंदर सिंह जी। सर जिहड़ी अज तूती सत्ता दुकानां ते जिहड़ी चोरी होई है, की कारवाई की गई उस नूं? ਇਹਦੀ ਅਸੀਂ ਆਪਣਾ ਜੋ ਵੀ ਕਾਨੂੰਨ ਸਾਹਿਬ ਜਿਹੜੀ ਕਾਰਵਾਈ ਕਰਕੇ ਚੋਰਾਂ ਨੂੰ ਵੱਧ ਤੋਂ ਵੱਧ ਯਾਨੀ ਕਿ ਸੋਰਸ ਲਾ ਕੇ ਹੁਣ ਟਰੇਸ ਕਰਦੇ ਹਾਂ, ਟਰੇਸ ਕਰਕੇ ਤੇ ਮੁੜ ਕੇ ਜੋ ਵੀ ਬਣਦੀ ਕਾਰਵਾਈ ਕਰਕੇ ਅਮਲ ਚ ਲਿਆਵਾਂਗੇ। ਹੁਣ ਪੁਲਿਸ ਵੱਲੋਂ ਕੋਈ ਅਜੇ ਕੀਤੀ ਜਾ ਰਹੀ ਤਫਤੀਸ਼ ਵਗੈਰਾ ਕੁਛ ਕਿ ਨਹੀਂ? ਅਜੇ ਕਰ ਹੀ ਰਹੇ ਹਾਂ ਜੀ, ਕਰ ਹੀ ਰਹੇ, ਸਵੇਰ ਦੇ ਕਰ ਰਹੇ ਹਾਂ। ਸਵੇਰ ਦੇ ਜਿਹੜਾ ਮੜ ਚੰਗਾ ਜਿਹੜਾ ਪਤਾ ਲੱਗਦਾ ਆ, ਪਹਿਲੇ ਤਾਂ ਮੌਕਾ ਵੇਖਿਆ ਗਿਆ ਤੇ ਜੋ ਵੀ ਹੁਣ ਪਤਾ ਲੱਗਣ ਡਿਆ ਵੀ ਮੜ ਚੰਗੇ ਬੰਦੇ ਜਿਹੜੇ ਆ ਉਹਨਾਂ ਦਾ तीन चार हजार गला जितना गोल गल जो 400 रुपया हर दुकान।